ਹਮਸਾ ਬਾਈ ਕੇ ਦਵਾ ਮੰਗਣੇ ਆ ਜਨਾਬ ਜੀ ਦਾ ਜਨਾਬ ਤੁਸੀਂ ਧੱਕਿਆ ਨਹੀਂ ਹੁਣ ਮੁੜੇ ਜਾ ਹੁਣ ਜਾਣਾ ਸੁਬੀਰ ਅਸਲਾਮੁ ਅਲੈਕੁਮ ਅਮੀਦਾ ਸਾਰੇ ਠੀਕ ਠਾਕ ਹੋ ਅੱਲਾਹ ਪਾਕ ਰੇਵ ਸੋ ਇਮਾਨੀ ਚੋ ਸੋ ਤੁਸੀਂ ਤੱਕ ਰਹੇ ਹੋ ਯੂਟਿਊਬ ਚੈਨਲ ਅਰਸਲਾਨ ਸਕੁਆਡ ਤਾਂ ਮੈਂ ਰਾਜਾ ਅਰਸਲਾਨ ਰਿਕੁਐਸਟ ਹੈ ਜੇ ਮਾਈ ਚੈਨਲ ਪਰ ਨਿਊ ਹੋ ਸਬਸਕ੍ਰਾਈਬ ਕਰੀ ਛੋੜੋ ਬੈਲ ਆਈਕਨ ਦੇ ਬਟਨ ਕੀ ਕਲਿੱਕ ਕਰੀ ਛੋੜੋ ਯਕੀਨ ਕਰੋ ਅੱਜ ਤ੍ਰੀਆ ਚੌਥਾ ਦਿਨ ਨੇ ਇਤਨੀ ਸਖਤ ਗਰਮੀ ਹੈ ਠੀਕ ਹੈ ਕੁਦਰੇ ਜਾਣ ਹੀ ਨਹੀਂ ਹੋਇਆ ਤੁਸੀਂ ਵੀ ਪਰੇਸ਼ਾਨ ਹੋ ਸੋਖੇ ਰਾਹ ਵਲੋਗ ਹੋਣੀ ਹੈ ਇਸਨੇ ਹੁਣ ਅੱਛਾ ਕਰ ਸਨਾ ਵਲੋਗ ਤੜੋ ਦਾੜ ਸਾਵਣ ਲੱਗੀ ਗਿਆ ਹੋਣਾ ਤਾਂ ਸਾਵਣੇ 'ਚ ਤੁਸੀਂ ਪਤਾ ਆ ਕਿ ਪੜਾਸ ਤਾਂ ਬੂ ਹੋਣਾ ਚਲੋ ਬਾਰਿਸ਼ਾਂ ਹੋਣੀਆਂ ਹਨ ਤਾਂ ਦੁਆ ਹੀ ਆਇਆ ਕਿ ਹੁਣ ਵੀ ਬਾਰਿਸ਼ਾਂ ਹੋਣ ਕਿਆ ਪਤਾ ਅੱਲਾ ਬਿਹਤਰ ਜਾਣਨਾ ਆ ਕਿ ਬਾਰਿਸ਼ਾਂ ਹੋ ਸਨ ਕਿ ਨਹੀਂ ਠੀਕ ਹੈ ਹੁਣ ਜਿਹੜਾ ਆ ਅੱਜ ਹੈ ਨੌ ਮੁਹਰਮ ਠੀਕ ਹੈ ਨੌ ਮੁਹਰਮ ਹੈ ਤਾਂ ਮੈਂ ਲਾਉਣਾ ਹੋਣਾ ਆ ਸਬੀਲ ਦਸ ਮੁਹਰਮ ਕੀ ਠੀਕ ਹੈ ਜਿਹਨੂੰ ਪ੍ਰੋਗਰਾਮ ਇਹ ਬਣਾਇਆ ਕਿ ਦਸ ਮੁਹਰਮ ਕੀ ਔਰ ਕੋਈ ਜਿਹੜਾ ਆ ਨਾ ਸਬੀਲ ਲਾਉਣਾ ਹੋਣਾ ਆ ਠੀਕ ਹੈ ਮੈਂ ਆਖਿਆ ਕਿ ਕੀ ਆਉਣਾ ਕਿ ਮੈਂ ਨੌ ਕੀ ਤਾਂ ਦਸ ਕੀ ਦੋ ਦਿਨ ਸਬੀਲ ਲਾਉਣਾ ਠੀਕ ਹੈ ਮੈਂ ਵੈਸੇ ਜਿਹੜਾ ਦਸ ਕੀ ਲਾਉਣਾ ਹੋਣਾ ਸਾਂ ਵੱਲ ਟੀਮ ਹੋਈ ਆ ਲਾਉਣੇ ਆ ਪਰ ਜਿਹਨੂੰ ਜਿਹੜਾ ਨਾ ਮੈਂ ਮੁੜੀਆਂ ਕੀ ਆਖਿਆ ਮੈਂ ਇਹਦਾ ਨੌ ਕੀ ਤਾਂ ਬਹੁਤ ਘੱਟ ਲੋਕ ਲਾਉਣੇ ਨੇ ਠੀਕ ਹੈ ਕੀ ਆਉਣਾ ਕਿ ਜਿਹਨੂੰ ਨੌ ਕੀ ਵੀ ਲਾਉਂ ਤਾਂ ਦਸ ਕੀ ਵੀ ਲਾਉਂ ਮੁੜੀਆਂ ਆਖਿਆ ਠੀਕ ਹੈ ਜੀ ਮੈਂ ਆਖਿਆ ਤੁਸਾਂ ਨਾਲ ਕੰਮ ਕਿਹਾ ਕਿ ਜਿਹੜਾ ਬਰਤਨ ਸ਼ਰਤਨ ਘਰੂ ਖੰਡੇ ਪੀਣੇ ਪਤਾ ਨਹੀਂ ਸਾਫ਼ ਬਰਤਨ ਹੋਣੇ ਚਾਹੀਦੇ ਅਤੇ ਉਸ ਤੋਂ ਇਲਾਵਾ ਜਿਹੜਾ ਆ ਪਾਣੀ ਛਾਣੀ ਲੋਕਾਂ ਕੀ ਪਿਆਲਣਾ ਪੀਣਾ ਇਕੱਲਿਆਂ ਨਹੀਂ ਹੋਈ ਸਕਣਾ ਠੀਕ ਹੈ ਹੁਣ ਮੁੜੀਆਂ ਕੀ ਫੋਨ ਕੀਤਾ ਵਾ ਪਤਰੀਆ ਦਾ ਇੱਕ ਤਾਂ ਪਤਰੀਆ ਆਇਆ ਵਾ ਟੱਬ ਫੋੜਿਆ ਵਾ ਤੁਸੀਂ ਤੱਕਿਆ ਹੋ ਸੀ ਪਹਿਲੇ ਠੀਕ ਹੈ ਤਾਂ ਹੁਣ ਜਿਹੜਾ ਆ ਉਹਨਾਂ ਮੁੜੀਆਂ ਕੀ ਵੀ ਜੁਲੀ ਅੰਨੇ ਹਾਂ ਅਤੇ ਫਿਰ ਜਿਹੜਾ ਆ ਸਬੀਲ ਤਿਆਰ ਕਰਾਉਣੇ ਕਰਨੇ ਆ ਆਪੋ ਅਤੇ ਫਿਰ ਜਿਹੜਾ ਨਾ ਅੱਜ ਜਿਹੜਾ ਨਾ ਲਾਸਾਂ ਰੂਹ ਅਫਜ਼ਾ ਨੇ ਬਸ ਸ਼ਰਬਤ ਹੀ ਲਾਸਾਂ ਦਾ ਕੱਲ੍ਹ ਜਿਹੜਾ ਨਾ ਦੁੱਧ ਹੈ ਨਾ ਅਤੇ ਦੋਏ ਲਾਸਾਂ ਕੱਲ੍ਹ ਜਿਹੜਾ ਨਾ ਉਹ ਜ਼ਿਆਦਾ ਲਾਸਾਂ ਅੱਜ ਦੋ ਟੱਪ ਲਾਸਾਂ ਪਰ ਕੱਲ੍ਹ ਜਿਹੜਾ ਨਾ ਕੱਲ੍ਹ ਵੀ ਦੋ ਹੀ ਲਾਸਾਂ ਪਰ ਕੱਲ੍ਹ ਕਿਹੜਾ ਲਾਸਾਂ ਦੁੱਧ ਹੈ ਨਾ ਹੁਣ ਜੁਲੇ ਹਾਂ ਮੁੜੀਆਂ ਕੀ ਦੱਸੀ ਦੱਸੀ ਆਉਣੇ ਹਾਂ ਚਲੋ ਇਕੱਠੇ ਹੋ ਸਾਰੇ ਅਤੇ ਫਿਰ ਜਿੱਥੇ ਮੈਂ ਬਹਿਣਾ ਹੋਣਾ ਆ ਨਾ ਸ਼ਾਮੀ ਉਸ ਜਗ੍ਹਾ ਲਾਉਣੇ ਹੋਣੇ ਆ ਕੀ ਆ ਕਿ ਉੱਥੇ ਬੂਟੇ ਜ਼ਿਆਦਾ ਨਾ ਅਤੇ ਛਾਂਵ ਵੀ ਹੋਣੀ ਆ ਇਸ ਵਜ੍ਹਾ ਤੋਂ ਗੱਡੀਆਂ ਵੀ ਉੱਥੇ ਸੋਖੀਆਂ ਖੱਲੀ ਜਾਣੀਆਂ ਠੀਕ ਹੈ ਖੁੱਲੀ ਜਗ੍ਹਾ ਆ ਨਾ ਇਸ ਵਜ੍ਹਾ ਤੋਂ ਉੱਥੇ ਲਾਉਣੇ ਆ ਹੁਣ ਚੱਲੇ ਹਾਂ ਜੀ ਜਨਾਬ ਇਹ ਦੁਕਾਨਾਂ ਪਰ ਪਹੁੰਚੇ ਆ ਠੀਕ ਹੈ ਕਿਉਂ ਕਿ ਰਾਤੀ ਦਾ ਸਮਾਨ ਨਹੀਂ ਸੀ ਕਹਿੰਦਾ ਇਸ ਵਜ੍ਹਾ ਤੋਂ ਨਹੀਂ ਸੀ ਕਹਿੰਦਾ ਕਿ ਦੁਕਾਨ ਅਸਾਂ ਗ੍ਰਾਂ 'ਚ ਹੈ ਠੀਕ ਹੈ ਬਾਜ਼ਾਰ ਤਾਂ ਨਹੀਂ ਹੁਣ ਜਾਣਾ ਪੈਣਾ ਪਹਿਲੇ ਥੋੜ੍ਹਾ ਹੋਣਾ ਸੀ ਕਿ ਬਾਜ਼ਾਰ ਜਾਓ ਫਿਰ ਅੱਛੋ ਠੀਕ ਹੈ ਟਾਈਮ ਜ਼ਿਆਦਾ ਲੱਗੀ ਜਾਣਾ ਸੀ ਹੁਣ ਅਸਾਂ ਜਿਹੜੇ ਬਾਜ਼ਾਰ ਹੈ ਸੌਦਾ ਆਣਨੇ ਆ ਜਿਸ ਕੀਮਤਾਂ ਪਰ ਉਸੇ ਕੀਮਤਾਂ ਪਰ ਇਹ ਵੀ ਦੇਣੇ ਠੀਕ ਹੈ ਅਸਾਂ ਕੀ ਤੂੰ ਕਮ ਰੇਟਾਂ ਪਰ ਇਨਸ਼ਾਅੱਲਾ ਤੱਕੋ ਨਾ ਜੀ ਉਸ ਤੋਂ ਕਮ ਰੇਟਾਂ ਪਰ ਵੀ ਲੱਭਸੀ ਠੀਕ ਹੈ ਤਾਂ ਆਫ ਜੀ ਇਹ ਵੀ ਪਾਓ ਕਿ ਕਿਆ ਕਿਆ ਚੀਜ਼ਾਂ ਤੁਸਾਂ ਕੋਲ ਇਨਸ਼ਾਅੱਲਾ ਜੀ ਕਰਿਆਨੇ ਨੇ ਸਾਰੀਆਂ ਚੀਜ਼ਾਂ ਦੱਸਿਆ ਮੁਕਲੇ ਲੋ ਇਸਤੇਮਾਲ ਦੀ ਸਾਰੀਆਂ ਚੀਜ਼ਾਂ ਇਨਸ਼ਾਅੱਲਾ ਜੀ ਤੱਕੋ ਹੋਰ ਨਿੱਕੀਆਂ ਨੀਆਂ ਵੀ ਖਾਣੇ ਨੀਆਂ ਚੀਜ਼ਾਂ ਮਤਲਬ ਕਿ ਤੁਸਾਂ ਕੀ ਇਹ ਤੱਕੋ ਨਾ ਇਹ ਹੋਰ ਇਹ ਸ਼ਹਿਰਾਂ 'ਚ ਨਹੀਂ ਦੁਕਾਨ ਇਹ ਤੱਕੋ ਇਹ ਇਤਨੀ ਸੋਹਣੀ ਦੁਕਾਨ ਹੈ ਸ਼ਹਿਰਾਂ 'ਚ ਵੀ ਇਤਨੀ ਸੋਹਣੀ ਦੁਕਾਨ ਨਹੀਂ ਹੋਣੀ ਜਿਹੜੀ ਅਸਾਂ ਨੇ ਗ੍ਰਾਂ 'ਚ ਹੈ ਹੁਣ ਜਿਹੜਾ ਆ ਅਸਾਂ ਜਿਹੜਾ ਨਾ ਇੱਥੋਂ ਸਮਾਨ ਕਿੰਨਾ ਤਾਂ ਫਿਰ ਜਿਹੜਾ ਆ ਸਬੀਲ ਜੁਲੀ ਉੱਥੇ ਗੁਰਨੱਕਿਆ ਲਾਉਣਾ ਆ ਠੀਕ ਹੈ ਤਾਂ ਇਹ ਤੋਂ ਛੋੜੀ ਨਾ ਇੱਥੇ ਆ ਹੁਣ ਰੂਹ ਅਫਜ਼ਾ ਕਿੰਦਾ ਤਾਂ ਫਿਰ ਜਿਹੜਾ ਨਾ ਅਸਾਂ ਇਹ ਦਾ ਮੈਂ ਆਉਣਾ ਆ ਚੰਦ ਸਵਾਲ ਹਫਜ਼ੋਰਾਂ ਕੋਲ ਕਰਾਂ ਕਿ ਕਿਸ ਤਰ੍ਹਾਂ ਇਹ ਕਾਰੋਬਾਰ ਸ਼ੁਰੂ ਕੀਤਾ ਨੇ ਠੀਕ ਹੈ ਕਿਸ ਤਰ੍ਹਾਂ ਜ਼ਿਹਨ ਬਣਤਾ ਇਸ ਗ੍ਰਾਂ ਦੇ ਅੰਦਰ ਇਹ ਦੁਕਾਨ ਇਤਨੀ ਬੜੀ ਰੱਖਣੇ ਨਾ ਕਿਸ ਤਰ੍ਹਾਂ ਸ਼ੁਰੂ ਹੋਇਆ ਇਹ ਕਾਰੋਬਾਰ ਅਸਲਾਮ ਵਾਲੇਕੁਮ ਹਾਫਿਜ਼ ਸਾਹਿਬ
ਕੀ ਹਾਲ ਹੈ ਹਾਫਿਜ਼ ਸਾਹਿਬ? ਠੀਕ ਹੋ? ਹਾਫਿਜ਼ ਸਾਹਿਬ ਮੈਂ ਥੋੜ੍ਹੀ ਜਿਹੀ ਡਿਟੇਲ ਵਿੱਚ ਪਾਓ ਕਿ ਇਹ ਕਿਸ ਤਰ੍ਹਾਂ ਤੁਸਾਂ ਨੇ ਜ਼ਿਹਨ 'ਚ ਆਇਆ ਕਿ ਇਸ ਗੁਰਾਣੇ ਅੰਦਰ ਸ਼ਾਪ ਰੱਖਣੇ ਨਾ, ਤਾਂ ਕਿਸ ਤਰ੍ਹਾਂ ਇਹ ਕਾਰੋਬਾਰ ਕਿਸ ਤਰ੍ਹਾਂ ਸ਼ੁਰੂ ਕੀਤਾ ਨੇ? ਪਹਿਲਾਂ ਤਾਂ ਅਸਾਂ ਹੋਰ ਚੀਜ਼ਾਂ ਕੰਮ ਸ਼ੁਰੂ ਕੀਤਾ ਆ। ਅੱਛਾ। ਉਸ ਤੋਂ ਬਾਅਦ ਪ੍ਰੋਗਰਾਮ ਲਾਇਆ ਕਿ ਇੱਥੇ ਦੁਕਾਨ ਹੋਣੀ ਚਾਹੀਦੀ। ਹੋਲ ਸੇਲ ਨਾਲ ਕੰਮ ਮਤਲਬ ਕਿਆ ਸੁਣਾ? ਅਸਾਂ ਇਹ ਮਸਾਲੇ ਵਗੈਰਾ ਕੱਛੀ ਦੇ ਮਾਲ ਬੇਸ਼ੁਮਾਰ ਪ੍ਰੋਡਕਟ ਨੂੰ ਸਾਡੇ ਕੋਲ। ਅੱਛਾ। ਮਸਾਲਿਆਂ ਨੇ ਤਾਂ ਇਹ ਅਸਾਂ ਪੂਰੇ ਜ਼ਿਲ੍ਹਾ ਕੋਟੇ ਲਾਂਚ ਕੀਤੇ ਇਹਨੂੰ। ਅੱਛਾ। ਉਸ ਤੋਂ ਬਾਅਦ ਦੋ ਤਿੰਨ ਸਾਲ ਦੇ ਬਾਅਦ ਮਾਂ ਪ੍ਰੋਗਰਾਮ ਬਣਤਾ ਕਿ ਗਰਾਂ 'ਚ ਦੁਕਾਨ ਹੋਣੀ ਚਾਹੀਦੀ। ਅੱਛਾ। ਕਿਉਂਕਿ ਲੋਕ ਬੜੇ ਪਰੇਸ਼ਾਨ ਨੂੰ ਜਾਣਾ ਪੈਣਾ ਸੀ। ਬਿਲਕੁਲ। ਤਾਂ ਅਸਾਂ ਘਰੇਲੂ ਇਸਤੇਮਾਲ ਤਮਾਮ ਪ੍ਰੋਡਕਟ ਅਸਾਂ ਲਾਂਚ ਕੀਤੇ ਨੇ। ਅੱਛਾ। ਕਿ ਕਿਸੇ ਦੀ ਕੋਈ ਪਰੇਸ਼ਾਨੀ ਨਾ ਹੋਇਆ। ਬਿਲਕੁਲ। ਮਾਸ਼ਾਅੱਲਾ ਜੀ, ਇਨਸ਼ਾਅੱਲਾ ਲੋਕਾਂ ਨਾਲ ਬੜਾ ਤਾਉਣ ਹੈ ਸਾਰੇ ਨਾਲ। ਅੱਛਾ। ਤਾਉਣ ਕਈ ਦਿਨ। ਚਲੋ, ਅਸਾਂ ਕੀ ਫਾਇਦਾ ਹੋ ਗਿਆ ਅੱਗੇ ਮੇਰੀ ਸਾਹਿਬ? ਹਾਂ, ਸਮਾਨ ਚਾਹੀਦਾ ਜੁਲਾ ਜੀ। ਚਲੋ ਜੀ, ਕਸਮੇ ਲੇਟ ਹੋਈ ਗਏ ਨੇ ਕਿਆ ਨੇ ਉਹ? ਹਾਂ, ਚਲੋ ਜੀ ਜਨਾਬ। ਹਾਂ, ਇਹ ਚੀਨੀ ਮਿਕਸ ਕਰੀ ਰਹੇ ਹਾਂ ਹੁਣ। ਠੀਕ ਹੈ, ਇਹ ਤਾਂ ਇਹ ਮੁੜੇ ਆਏ ਠੀਕ। ਹੋਰ ਜਿਹੜਾ ਨਾ ਹੁਣ ਜਿਹੜਾ ਨਾ ਪਹਿਲੇ ਚੀਨੀ ਮੈਂ ਮਿਕਸ ਕਰੀ ਨਾ, ਠੀਕ ਹੈ, ਫਿਰ ਜਿਹੜਾ ਨਾ ਅਗਲਾ ਸੀਨ ਕਰਨੇ ਆ। ਬੁਰੀ ਕੁੱਥੇ ਆ? ਬੁਰੀ ਦਿਓ ਇੱਧਰ। ਬੁਰੀ ਦੀ ਸੇੜੀ ਜਿੰਨਾ ਨਾ ਬੁਰੀ ਵੀ ਬਹੁਤ ਸੋਹਾ ਹੋ ਗਿਆ ਸੀ ਨਾ। ਇਹ ਹਾਲ ਹੈ ਹੋਈ ਤੈਨੂੰ ਦੱਸਦਾ ਪੂਰਾ ਨਾ। ਨਹੀਂ ਨਹੀਂ ਬੂਹੇ ਨਾ ਜੀ, ਕਹਿਣੇ ਹੋ ਘਰ ਕੋਲਾ। ਹਾਂ, ਇਹ ਖੇਡਾ ਨਾ ਹੁਣ, ਕਿਉਂ ਕਿ ਬਬੂਰੀ ਫਿਰ ਬਾਅਦ ਵਿੱਚ ਮਿਕਸ ਨਹੀਂ ਹੁੰਦੀ ਹੋਣੀ। ਠੀਕ ਹੈ, ਡੱਬੀ ਆਉਂਦੀ ਸੀ ਮੈਂ ਆਇਆ ਨਹੀਂ ਆਉਣਾ ਅੱਜ, ਸਿਰਫ ਜਿਹੜਾ ਨਾ ਇਹ ਆਮ ਸਿਰ ਦੁੱਧ, ਫਿਰ ਜਿਹੜਾ ਕੱਲ੍ਹ ਦੁੱਧ ਦੇਣਾ ਇਨਸ਼ਾਅੱਲਾਹ। ਜਨਾਬ, ਤੁਸੀਂ ਵੀ ਆਉਣੇ ਉਸ ਮੱਸਿਆ ਸਬੀਲ ਉੱਥੇ ਬਣਾਉਣਾ ਸੀ ਲੱਗਾ ਵਾ। ਹੁਣ ਇੱਧਰ ਇੱਕ ਐਪਨ ਹੋਈ ਗਿਆ, ਹੁਣ ਨਾ ਤੁਸੀਂ ਕੀ ਬਣਾ ਨੈਕਸਟ ਵਲੌਗ ਵਿੱਚ ਜਿਹੜਾ ਇਸੀ ਨਾ ਉਸੀ ਤੁਸੀਂ ਕੀ ਬਾਸਾਂ ਸਾਰਾ ਕੁਝ ਦੱਸਾਂ ਵੀ ਕਿ ਕਿਆ ਐਪਨ ਹੋਇਆ, ਮੈਂ ਕਿਵੇਂ ਇੱਧਰ ਆਇਆ ਹਾਂ। ਠੀਕ ਹੈ, ਉਹ ਸਾਰਾ ਕੁਝ ਤੁਸਾਂ ਕੀ ਇਹ ਇਸ ਵਲੌਗ ਹੈ ਜੀ ਨਹੀਂ, ਨੈਕਸਟ ਵਲੌਗ ਜਿਹੜਾ ਇਸੀ ਨਾ ਲਾਜ਼ਮੀ ਦੇਖਿਆ ਉਸੀ ਤੁਸੀਂ ਕੀ ਦੱਸਾਂ। ਹੁਣ ਮੁੜੇ ਆਏ ਤਾਂ ਜਾਂ ਮੁੜਿਆਂ ਕੋਲ ਜੀ ਤਾਂ ਜਨਾਬ ਪੁੱਛੀਆਂ ਇੱਥੇ। ਠੀਕ ਹੈ, ਕੋਈ ਮਸਲਾ ਹੋ ਗਿਆ ਸੀ। ਠੀਕ ਹੈ, ਹੁਣ ਤੁਸੀਂ ਕਿਤੇ ਨਾ ਬਾਈ ਸਕਣਾ ਨੈਕਸਟ ਵਲੌਗ ਹੀ ਬਾਸਾਂ ਕਿ ਕਿਆ ਮਸਲਾ ਹੋਇਆ ਆ। ਇਹ ਤਾਂ ਕਿਆ ਨੇ, ਇਹ ਹੁਣ ਸ਼ਰਬਤ ਤਿਆਰ ਹੋ ਗਿਆ, ਹੁਣ ਹਾਫਿਜ਼ ਸਾਹਿਬ ਉਹਨਾਂ ਨਾਲ ਵੇਟ ਹੈ ਕਿ ਹਾਫਿਜ਼ ਸਾਹਿਬ ਹੋਰ ਅੱਛਣ ਤਾਂ ਦੁਆ ਮੰਗਣ ਤਾਂ ਫਿਰ ਸਬੀਲ ਸ਼ੁਰੂ ਕਰਾਂ। ਹਾਫਿਜ਼ ਸਾਹਿਬ ਆਈ ਕੇ ਦੁਆ ਮੰਗਣੇ ਆ।
ਹੁਣ ਸ਼ੁਰੂ ਜਿਹਦਾ ਜਨਾਬ ਦੁਆ ਮੰਗੀ ਰਹੇ ਹਾਂ ਹੁਣ ਜਿਹੜਾ ਨਾ ਸਬੀਰ ਸ਼ੁਰੂ ਕਰਦੇ ਹਾਂ ਕਿਆ ਨਹੀਂ ਨਾ ਹੁਣ ਮੁੜੇ ਜਿਹੜਾ ਨਾ ਸਬੀਰ ਬੁਲਾਉਣਾ ਸ਼ੁਰੂ ਹੋਈ ਹੈ ਇਧਰ ਵੀ ਮੁੰਡੇ ਬੈਠੇ ਵੇ ਤੂੰ ਦਸਤੀ ਪਿਆਸੇ ਵਾਲਾ ਤੇਰੀ ਚਰਬੀ ਜਿਹੜਾ ਨਾ ਜਿਹਦਾ ਜਨਾਬ ਇਹ ਤੱਕਣੇ ਹੋ ਨਾ ਇੱਕ ਟੱਪ ਜਿਹੜਾ ਨਾ ਸਬੀਲ ਨਾ ਉਹ ਖਤਮ ਹੋਈ ਗਿਆ ਆ ਠੀਕ ਹੈ ਤਾਂ ਹੁਣ ਜਿਹੜਾ ਨਾ ਦੂਆ ਟੱਪ ਤਿਆਰ ਕਰਨੇ ਆ ਇਹ ਤਾਂ ਕਿਹਾ ਨੀ ਹੁਣ ਜਿਹੜਾ ਨਾ ਇਹ ਦੇਖੋ ਨਾ ਤੁਸੀਂ ਅੱਛਾ ਇਹ ਬਬੂਰੀ ਕਿਸ ਨਾ ਰਹਿਣਾ ਨੇ ਉਹ ਜੱਗਾਂ ਚ ਹੈਲੋ ਦੋਸਤ ਮੁਕਾਓ ਨਾ ਖਲੋ ਮੈਂ ਜੱਗ ਹੀ ਨਹੀਂ ਸੁਣਾ ਇੱਕ ਜੱਗ ਦਿਓ ਨਾ ਇਹਦਾ ਇੱਕ ਜੱਗ ਜਿਸ ਕੰਮ ਹੈ ਨਾ ਉਹ ਇੱਕ ਜੱਗਾ ਹੀ ਬਈ ਉੜਿਆ ਨਾ ਬਸ ਇਸੀ ਬਈ ਜਾਸੀ ਇਸੀ ਬਈ ਜਾਸੀ ਹੈ ਨਾ ਬਸ ਠੀਕ ਹੈ ਉੱਥੇ ਕੋਈ ਖਲਦਾ ਨਾ ਤੜਾ ਕਿਧਰ ਗਿਆ ਬਸ ਠੀਕ ਹੈ ਨਾ ਇਹ ਜਾਗੇ ਇੱਧਰ ਦਿਓ ਨਾ ਉਹ ਇਹ ਦੇ ਨਾ ਮੁਕਾਓ ਦੋਸਤਾ ਤੁਸਾਂ ਜਿਹੜਾ ਨਾ ਜੱਗ ਪੋੜੋ ਤਾਂ ਦਸਤੀ ਬਣਾਓ ਪਤਾ ਨਹੀਂ ਕੀਆਂ ਜੇ ਇੱਕੋ ਟੱਪ ਅੱਧੇ ਘੰਟੇ ਖਤਮ ਹੋਈ ਗਿਆ ਅੱਜ ਪਤਾ ਕੀ ਆ ਖਤਮ ਹੋਇਆ ਜਲਦੀ ਜਲਦੀ ਇਸ ਵਜ੍ਹਾ ਤੋਂ ਖਤਮ ਹੋਇਆ ਕਿ ਅੱਜ ਕੁਛ ਇਤਨਾ ਲਾਇਆ ਕੋ ਨਹੀਂ ਠੀਕ ਹੈ ਨਾ ਨਾ ਗਰਮੀ ਨਹੀਂ ਨਾਲ ਨੌ ਮੁਹਰਮ ਕੀ ਘੱਟ ਵੱਧ ਲੋਕ ਲਾਉਣੇ ਇਹ ਗੱਲ ਆਪ ਜੀ ਇਹ ਤਾਂ ਕਿਆ ਲੈਣਾ ਥੋੜ੍ਹਾ ਨੇੜਾ ਚੋ ਲਾ ਥੋੜ੍ਹਾ ਨੇੜਾ ਚੋ ਤੋਂ ਸੋ ਲਾ ਇਹ ਹਾਂ ਇਹ ਕੋਟ ਆਪ ਜਿਹੜਾ ਨਾ ਤਿਆਰ ਹੋਈ ਗਿਆ ਆ ਬਰਫ ਵੀ ਚੜਾਇਆ ਕਈ ਕੀ ਇਨਸ਼ਾ ਅੱਲਾ ਮੈਨੂੰ ਯਕੀਨ ਹੈ ਕਿ ਇਹ ਵੀ ਅੱਧੇ ਘੰਟੇ 'ਚ ਖਤਮ ਹੋਈ ਗਿਆ ਸੀ ਜਾਂ ਕਿ ਅੱਜ ਨੌ ਮੁਹਰਮ ਹੈ ਨਾ ਅਤੇ 10 ਮੁਹਰਮ ਕੀ ਹਰ ਕੋਈ ਸਬੀਲ ਲਾਉਣਾ ਆ ਠੀਕ ਹੈ ਨੌ ਮੁਹਰਮ ਕੀ ਬਹੁਤ ਘੱਟ ਲੋਕ ਹਨ ਜਿਹੜੇ ਸਬੀਲ ਲਾਉਣੇ ਨੇ ਠੀਕ ਹੈ ਇਸ ਵਜ੍ਹਾ ਤੂੰ ਲੋਕ ਧਰਿਆਏ ਅਛਨੇ ਨਾ ਅਤੇ ਇਸ ਵਜ੍ਹਾ ਤੂੰ ਜਲਦੀ ਖਤਮ ਹੋਣਾ ਆ ਨੌ ਮੁਹਰਮ ਕੀ 10 ਮੁਹਰਮ ਕੀ ਇਹ ਹੋਣਾ ਆ ਕਿ ਜਗ੍ਹਾ ਜਗ੍ਹਾ ਸਬੀਲ ਲਗਾ ਪਾਉਣਾ ਆ ਅਤੇ ਜਗ੍ਹਾ ਜਗ੍ਹਾ ਥੋੜ੍ਹਾ ਥੋੜ੍ਹਾ ਪੀਣੇ ਇਸ ਵਜ੍ਹਾ ਤੂੰ ਇੱਕ ਟੱਪਾ ਕੀ ਜਿਹੜਾ ਨਾ 2-2.5 ਘੰਟੇ ਲੱਗ ਜਾਣੇ ਖਤਮ ਹੋਣੇ ਆ ਤਾਂ ਨੌ ਮੁਹਰਮ ਕੀ ਇਸ ਵਜ੍ਹਾ ਤੂੰ ਜਲਦੀ ਖਤਮ ਹੋਣਾ ਕਿ ਘੱਟ ਵੱਧ ਲੋਕ ਲਾਉਣੇ ਸ਼ਹਿਰਾਂ ਥਾਵਾਂ 'ਚ ਇਹ ਗੱਲ ਆਫ ਸਾਹਿਬ ਸ਼ਹਿਰਾਂ ਥਾਵਾਂ 'ਚ ਲਾਉਣੇ ਨੇ ਲੋਕ ਠੀਕ ਹੈ ਅਤੇ ਇੱਧਰ ਇਸ ਏਰੀਏ 'ਚ ਕੋਈ ਨਹੀਂ ਲਾਉਣੇ ਤਾਂ ਹੁਣ ਜਿਹੜਾ ਆ ਇਹ ਸ਼ਰਬਤ ਤਿਆਰ ਹੋਈ ਆ ਅਤੇ ਹੁਣ ਜਿਹੜਾ ਨਾ ਫਿਰ ਦੇਣੇ ਆ ਲੋਕਾਂ ਨੂੰ ਮੈਂ ਵੀ ਥੋੜ੍ਹਾ ਜਿਹਾ ਜਿਹੜਾ ਨਾ ਦਿਆਂ ਲੋਕਾਂ ਕੀ ਠੀਕ ਹੈ ਮੁੰਡੇ ਦਾ ਬੂਹ ਸਾਰੇ ਮੈਂ ਆਇਆ ਠੀਕ ਰਹਿਣਾ ਆ ਆਪੋ ਵੀ ਦਿਆਂ ਫਿਰ ਰੱਖੇ ਨੇ ਇਹ ਸਾਰੇ ਮੁੰਡੇ ਆਏ ਵੀ ਜਨਾਬ ਜਿਹਦਾ ਜਨਾਬ ਤੁਸੀਂ ਤੱਕਣੇ ਹੋ ਸੋ ਤੁਸਾਂ ਵੀ ਆਉਣੇ ਹੋ ਸੋ ਕਿ ਬੋਤਲਾਂ ਹੀ ਵਾਹਣਾ ਲੱਗਾ ਵਾ ਕੀ ਆ ਜ਼ਰਾ ਕੁੜੀ ਬੁਣੇ ਮਾਰੋ ਹਲਾ ਤੱਕਿਆ ਨੇ ਨਾ ਇਹ ਜਿਹੜਾ ਨਾ ਇਹ ਪਾਲੇ ਪੈ ਕੋਈ ਬੰਦੇ ਪਾਲੇ ਆਹਨੇ ਕੋਈ ਆਹਨੇ ਬੱਕਰਵਾਲ ਠੀਕ ਹੈ ਇਹ ਜਿਹੜਾ ਨਾ ਇੱਥੇ ਨੇ ਇਹਨਾਂ ਕੀ ਆਲਾ ਮਾਰਿਆ ਕਿ ਅੱਛੋ ਸ਼ਰਬਤ ਬੋਤਲਾਂ ਭਰਾਈ ਖੜੋ ਠੀਕ ਹੈ ਅਤੇ ਮੂੰਹ ਇਹਨਾਂ ਕੀ ਬੋਤਲਾਂ ਹੀ ਭਾਈ ਮੈਂ ਤੁਸਾਂ ਘਰ ਕੀ ਨਹੀਂ ਜਾਓ ਠੀਕ ਹੈ ਨਾ
ਇਹਨਾਂ ਕੀ ਵੀ ਬੋਤਲਾਂ ਹੀ ਮੈਂ ਆਇਆ ਇਹਨਾਂ ਨਾਲ ਵੀ ਅੱਖ ਬਣਨਾ ਆ ਠੀਕ ਹੈ ਸਭ ਤੋਂ ਜ਼ਿਆਦਾ ਜੇ ਸਵਾਦ ਹੋਣਾ ਨਾ ਤਾਂ ਇਹ ਜਿਹਾ ਕਿ ਦਿਓ ਨਾ ਤਾਂ ਜ਼ਿਆਦਾ ਸਵਾਦ ਬਣਾਉਣੇ ਯਕੀਨ ਕਰੋ ਠੀਕ ਹੈ ਹੁਣ ਮੈਂ ਇਹਨਾਂ ਕੀ ਦਿਆਂ ਫਿਰ ਵੀ